ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਬੀ ਨੀਟਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੌਖਾ ਡਿਜ਼ਾਈਨ ਏਡਜੈਨ ਸਪੈਸ਼ਲ ਭੈਣਾਂ ਦੀ ਕੋਟੀ ਤੇ ਜੈਕਟ ਲਈ ਆ ਤੇ ਕੁੜੀਆਂ ਦੀ ਸਕੀਵੀ ਦੇ ਵਿੱਚ ਵੀ ਬਣਿਆ ਬਹੁਤ ਸੋਹਣਾ ਲੱਗੂਗਾ ਡਿਜ਼ਾਈਨ ਬਣਾਉਣ ਲਈ ਆਪਾਂ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈਣੇ ਨੇ ਤੇ ਦੋ ਕੁੰਡੇ ਵੱਧ ਲੈ ਲਾਂਗੇ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਪਾ ਕੇ ਅਗਲੀਆਂ ਦੋ ਸਲਾਈਆਂ ਦੇ ਵਿੱਚ ਇਹ ਡਿਜ਼ਾਈਨ ਥੋੜਾ ਜਿਹਾ ਚੇਂਜ ਹੁੰਦਾ ਬੰਦਾ ਸੇਮ ਹੀ ਆ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਹ ਹੈਗੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਪਹਿਲਾਂ ਆਪਾਂ ਤਿੰਨ ਗੁੰਡੇ ਸਿੱਧੇ ਬਣਾਉਣੇ ਨੇ ਦੋ ਤਿੰਨ ਤਿੰਨ ਗੁੰਡੇ ਸਿੱਧੇ ਬਣਾ ਕੇ ਆ ਜਿਹੜਾ ਪਹਿਲਾ ਕੁੰਡਾ ਹੈਗਾ ਇਹਨੂੰ ਦੋ ਗੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਆਪਾਂ ਉਲਟਾਉਣਾਗਾ ਐਸ ਤਰ੍ਹਾਂ ਹੁਣ ਆਪਾਂ ਧੱਗ ਆਪਣੇ ਵੱਲ ਕਰ ਲੈਣਾ ਤਿੰਨ ਕੁੰਡੇ ਸਿੱਤੇ। ਤਿੰਨ ਆ ਜਿਹੜਾ ਇੱਥੇ ਆਪਣਾ ਇੱਕ ਕੁੰਡਾ ਘਟਿਆ ਸੀਗਾ ਉਹ ਜਾਲੀ ਨੇ ਇੱਥੇ ਪੂਰਾ ਕਰਤਾ। ਹੁਣ ਫੇਰ ਆਪਾਂ ਸੇਮ ਉਸੇ ਤਰ੍ਹਾਂ ਹੀ ਆਹ ਵਾਲਾ ਜਿਹੜਾ ਤੀਜਾ ਕੁੰਡਾ ਇਹਨੂੰ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਲਟਾ ਦੇਣਾ। ਧਾਗਾ ਆਪਣੇ ਵੱਲ ਕਰਕੇ ਤਿੰਨ ਗੁੰਡੇ ਸਿੱਧੇ 1 2 3 ਨਾਲ ਦੀ ਨਾਲ ਇੱਥੇ ਜਾਲੀ ਬਣ ਜਾਂਦੀ ਆਪਣੀ ਤੇ ਕੁੰਡਾ ਪੂਰਾ ਹੋ ਜਾਂਦਾ 1 2 3 ਤਿੰਨ ਗੁੰਡੇ ਬੁਣ ਕੇ ਸਿੱਧੇ ਪਹਿਲੇ ਗੁੰਡੇ ਨੂੰ ਦੋ ਗੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਲਟਾਉਂਦੇ ਜਾਣਾ ਆਪਾਂ ਫਿਰ ਧਾਗਾ ਆਪਣੇ ਵੱਲ ਕਰ ਲੈਣਾ ਤਿੰਨ ਕੁੰਡੇ ਸਿੱਧੇ ਐਸਟਰਾ ਇਹ ਆਪਣੇ ਨਾਲ ਦੀ ਨਾਲ ਕੁੰਡੇ ਪੂਰੇ ਹੋਈ ਜਾਂਦੇ ਨੇ ਤਿੰਨ 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 ਇੱਥੇ ਦੋ ਰਹਿ ਗਏ ਹੁਣ ਇੱਥੇ ਆਪਾਂ ਧਾਗਾ ਆਪਣੇ ਵੱਲ ਕਰਕੇ ਇੱਥੇ ਜਾਲੀ ਪਾ ਕੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬੁਣਦੇ ਆਂ ਹੁਣ ਆਗੇ ਬੈਕ ਸਾਈਡ ਬੈਕ ਸਾਈਡ ਦੀ ਪੂਰੀ ਸਲਾਈ ਆਪਾਂ ਉਲਟੀ ਬਣਾਉਣੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਣਿਆ ਸੋਹਣਾ ਲੱਗਦਾ ਬਿਲਕੁਲ ਰੈਡੀमेड ਕੋਟੀ ਜੈਕਟ ਵਾਲਾ ਡਿਜ਼ਾਈਨ ਆ ਇਹ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬੁਣਾਂਗੇ ਦੋ ਸਲਾਈਆਂ ਇਹ ਬਣ ਗਈਆਂ ਆਪਣੀਆਂ ਡਿਜ਼ਾਈਨ ਦੀਆਂ ਤੀਜੀ ਸਲਾਈ ਤੇ ਆ ਗਏ ਆਪਾਂ ਤੀਜੀ ਸਲਾਈ ਤੇ ਹੁਣ ਆਪਾਂ ਥੋੜਾ ਜਿਹਾ ਡਿਜ਼ਾਈਨ ਚੇਂਜ ਕਰਨਾਗਾ ਪਹਿਲਾ ਕੁੰਡਾ ਬਿਨਾ ਬੁਨੇ ਉਤਾਰ ਲੈਣਾ ਫਿਰ ਆਪਾਂ ਧਾਗਾ ਪਿੱਛੇ ਕਰ ਲੈਣਾ ਇੱਕ ਕੁੰਡਾ ਸਿੱਧਾ ਬੁਣ ਦਿਆਂਗੇ ਪਹਿਲਾਂ ਆਪਾਂ ਇੱਥੇ ਹੀ ਡਿਜ਼ਾਈਨ ਸ਼ੁਰੂ ਕਰ ਲਿਆ ਸੀ ਹੁਣ ਆਪਾਂ ਜਾਲੀ ਵਾਲੇ ਕੁੰਡੇ ਨੂੰ ਸੈਂਟਰ 'ਚ ਲੈਣਾਗਾ ਧਾਗਾ ਹੁਣ ਆਪਣੇ ਵੱਲ ਕਰ ਲੈਣਾ ਇੱਥੇ ਆਪਾਂ ਜਾਲੀ ਪਾਉਣੀ ਆ ਤਿੰਨ ਕੁੰਡੇ ਸਿੱਧੇ ਮੋੜਨੇ ਨੇ ਇੱਕ ਦੋ ਤਿੰਨ ਜਾਲੀ ਵਾਲਾ ਕੁੰਡਾ ਹੁਣ ਆਪਣਾ ਸੈਂਟਰ 'ਚ ਆ ਗਿਆ ਤੇ ਆਪ ਪਹਿਲੇ ਕੁੰਡੇ ਨੂੰ ਆਪਾਂ ਦੂਜੇ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਉਲਟਾਉਣਾਗਾ ਇਸ ਤਰ੍ਹਾਂ ਤਾਂ ਅਗ ਆਪਣੇ ਵੱਲ ਕਰਕੇ ਫੇਰ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ 1 2 10 ਨਾਲ ਦੀ ਨਾਲ ਆਪਾਂ ਜਾਲੀ ਪਾਉਂਦੇ ਜਾਣਾ ਕਿਉਂਕਿ ਜੇ ਜਾਲੀ ਨਾ ਪਾਈ ਫਿਰ ਆਪਣੇ ਕੁੰਡੇ ਘਟ ਜਾਣਗੇ 1 2 10 එහන පන් චාලි පාක දෝකුඩ සිද් ලාස්ටල කුන්ඩගේප සිද්ධ මොනදන්ගේ බැක්යිඩගේ බැක් සයි්දී පූරී ලයිමා ඔල් තීම් නෝනිය එක්ද තැන ස්තනයි තැන්තන් කුට ඇන්ද අපපන සැට් පණදාග ਲਾਸਟ ਵਾਲਾ ਕੁੰਡਾ ਸਿੱਧਾ ਤੇ ਇਹ ਦੇਖੋ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣਦਾ ਦੇਖੋ ਬਣ ਕੇ ਕਿੰਨਾ ਪਿਆਰਾ ਲੱਗਦਾਗਾ ਹੁਣ ਫੇਰ ਆਪਾਂ ਪਹਿਲੀ ਜਿਵੇਂ ਪਹਿਲਾ ਡਿਜ਼ਾਈਨ ਪਾਇਆ ਸੀਗਾ ਇੱਥੋਂ ਸ਼ੁਰੂ ਕਰ ਲੈਣਾਗਾ ਆਹ ਜਾਲੀ ਵਾਲਾ ਕੁੰਡਾ ਹੁਣ ਆਪਣਾ ਇੱਥੇ ਸੈਂਟਰ 'ਚ ਆ ਜਾਊਗਾ ਤਿੰਨ ਕੁੰਡੇ ਸਿੱਧੇ ਫੇਰ ਜਾਲੀ ਪਾ ਲੈਣੀ ਆ ਇਸ ਤਰ੍ਹਾਂ ਅੱਗੇ-ਦੇ ਅੱਗੇ ਆਪਣਾ ਇਸ ਤਰ੍ਹਾਂ ਹੀ ਡਿਜ਼ਾਈਨ ਬਣਦਾ ਜਾਊਗਾ ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾਗਾ ਉਮੀਦ ਕਰਦੇ ਹਾਂ ਤੁਸੀਂ ਡਿਜ਼ਾਈਨ ਜ਼ਰੂਰ ਪਸੰਦ ਕਰੋਗੇ ਜੇਕਰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਲੋ ਜੀ ਮਿਲਦੇ ਹਾਂ ਇੱਕ ਨਵੇਂ ਤੇ ਸੌਖੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਦਾ ਬਹੁਤ ਬਹੁਤ ਧੰਨਵਾਦ